रेस्क्यू कर ले गया है जी। VTV कैनेडा ਦੇ ਨਾਲ ਜੁੜੇ ਹੋਏ ਸਾਰੇ ਹੀ ਦਰਸ਼ਕਾਂ ਨੂੰ ਸਪੇਨ ਦੇ ਇੱਕ ਸ਼ਹਿਰ ਅਲੋਦ ਦੇ ਵਿੱਚ ਜਿੱਥੇ ਕਿ ਅੱਜ ਇੱਕ ਬਿਲਡਿੰਗ ਦੇ ਵਿੱਚ ਅੱਗ ਲੱਗੀ ਹੋਈ ਹੈ ਸਾਰੀਆਂ ਹੀ ਸਾਰੇ ਹੀ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਪਹੁੰਚੇ ਹੋਏ ਨੇ ਪੁਲਿਸ ਦੀਆਂ ਗੱਡੀਆਂ ਪਹੁੰਚੀਆਂ ਹੋਈਆਂ ਨੇ ਇਸ ਬਿਲਡਿੰਗ ਦੇ ਵਿੱਚ ਅੱਗ ਲੱਗੀ ਆ ਜਿਹਦੇ ਵਿੱਚ ਬਹੁਤ ਹੀ ਸਾਰੇ ਪੰਜਾਬੀ ਪਰਿਵਾਰ ਜਿਹੜੇ ਕਿ ਸਾਡੇ ਪੰਜਾਬੀ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ ਨੇ ਫਸੇ ਹੋਏ ਨੇ ਤੁਸੀਂ ਦੇਖ ਰਹੇ ਹੋ ਐਂਬੂਲੈਂਸ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਅੱਗ ਬੁਝਾਉ ਦਸਤੇ ਇੱਥੇ ਪਹੁੰਚੇ ਹੋਏ ਨੇ ਬਹੁਤ ਸਾਰੇ ਸਾਡੇ ਪੰਜਾਬੀ ਸਾਡੇ ਬਜ਼ੁਰਗ ਇੱਥੇ ਖੜ੍ਹੇ ਨੇ ਇਸ ਸਮੇਂ ਤੁਸੀਂ ਦੇਖ ਰਹੇ ਹੋ ਅਤੇ ਬਹੁਤ ਹੀ ਸਾਰਾ ਲੋਕਾਂ ਦੇ ਵਿੱਚ ਘਬਰਾਹਟ ਦਾ ਮਾਹੌਲ ਪੈਦਾ ਹੋਇਆ ਹੋਇਆ ਕਿਉਂਕਿ ਅੱਗ ਲੱਗਣੀ ਜਾਨੀ ਨੁਕਸਾਨ ਦਾ ਜਾਨੀ ਔਰ ਮਾਲੀ ਨੁਕਸਾਨ ਦਾ ਕਾਰਨ ਹੋ ਸਕਦੀ ਆ ਹੋ ਸਕਦਾ ਕਿ ਕਿਸੇ ਨਾਲ ਕੋਈ ਗੰਭੀਰ ਘਟਨਾ ਇੱਥੇ ਵਾਪਰ ਗਈ ਹੋਵੇ ਰੱਬ ਅੱਗੇ ਅਰਦਾਸ ਬੇਨਤੀ ਇਹੀ ਕਰਦੇ ਹਾਂ ਕਿ ਇਹੋ ਜਿਹੀ ਘਟਨਾ ਹੀ ਵਾਪਰੇ ਪਰ ਫਿਰ ਵੀ ਤੁਸੀਂ ਦੇਖ ਰਹੇ ਹੋ ਕਿੰਨੇ ਵੱਡੇ ਜ਼ੁਲਮ ਦੇ ਵਿੱਚ ਐਂਬੂਲੈਂਸ ਪੁਲਿਸ ਔਰ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਸੋ ਲਓ ਜੀ ਅੱਗ ਲੱਗਣ ਤੋਂ ਦੋ ਤਿੰਨ ਮਿੰਟ ਬਾਅਦ ਫਾਇਰ ਬ੍ਰਿਗੇਡ ਦੀ ਪੁਲਿਸ ਆ ਗਈ ਲਓ ਜੀ ਬੱਚੀ ਉਹਨਾਂ ਨੇ ਚੱਕ ਲਈ ਆ ਪਿਛਲੇ ਕਾਫੀ ਸਮੇਂ ਤੋਂ ਜੱਦੋਜਹਿਦ ਦੇ ਨਾਲ ਅੱਗ 'ਤੇ ਕਾਬੂ ਹੁਣ ਪਾ ਲਿਆ ਗਿਆ ਆ ਜੀ ਅੱਗ ਇੱਥੇ ਹੁਣ ਬੁੱਝ ਚੁੱਕੀ ਆ ਫਿਰ ਵੀ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਅਸੀਂ ਉਸ ਬੱਚੀ ਦੇ ਪਾਸ ਪਿਓ ਦੇ ਨਾਲ ਗੱਲ ਕਰਨ ਜਾ ਰਹੇ ਹਾਂ ਕਿ ਕੀ ਘਟਨਾ ਵਾਪਰੀ ਔਲਾ ਮੀਗੋ ਕਿਹੜਾ ਪਾਸਾ ਹੋ ਆਖੀ ਟੱਪੋ ਦੇ ਤਸੀਰ ਕਸ਼ਤੀਆਂ ਇਹ ਉਹ ਮਾਲਕ ਜੀ ਘਰ ਦਾ ਜਿਹਦੇ ਕਰਕੇ ਅੱਗ ਲੱਗੀ ਹੈ ਜੀ ਆਪਾਂ ਇਹਨਾਂ ਗੱਲ ਕਰਾਂਗੇ ਕਿਹੜਾ ਪੈਸਾ ਹੋ ਕੋਮੋਲਾ ਪੈਸਾ ਹੋ ਇਸ ਤੋਂ ਇੱਕ ਅਫਰੀਕਾ ਦੇ ਵੀਰ ਨੇ ਜਿਹਨਾਂ ਘਰੇ ਅੱਗ ਲੱਗੀ ਆ ਉਹਨੂੰ ਪੁੱਛਿਆ ਕਿ ਅੱਗ ਕਿੱਦਾਂ ਲੱਗੀ ਆ ਕਹਿੰਦਾ ਮੇਰੇ ਘਰੇ ਅੱਗ ਲੱਗੀ ਛੋਟੀ ਬੱਚੀ ਮੇਰੀ 5 ਸਾਲ ਦੀ ਘਰ ਦੇ ਵਿੱਚ ਸੀ ਜਿਹਦੇ ਨਾਲ ਕੁਛ ਘਰੇ ਪਕਾ ਰਹੇ ਸੀ ਖਾਣਾ ਜਿਹਦੇ ਘਰੇ ਅੱਗ ਲੱਗੀ ਆ ਜੀ ਸੋ ਸਭ ਨੂੰ ਪੁਲਿਸ ਨੇ ਲਾਗੇ ਜਾਣ ਤੋਂ ਮਨਾ ਕੀਤਾ ਹੋਇਆ ਕਿ ਕੋਈ ਵੀ ਦਰਸ਼ਕ ਉੱਥੇ ਨਾ ਪਹੁੰਚੇ ਦੇਖਣ ਵਾਲਾ ਕਿਉਂਕਿ ਸਥਿਤੀ ਕਾਫੀ ਗੰਭੀਰ ਸੀ ਪਰ ਫਿਰ ਵੀ ਕਾਬੂ ਪਾ ਲਿਆ ਗਿਆ ਜੀ Thank you.